ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ, ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ, ਜਿਹੜੀਆਂ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ ਰੋਡਵੇਜ਼ .gov.in, panbus.com ਜਾਂ ਪੈਪਸੂ ਔਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਛ ਪਰਿਵਾਰਾਂ ਦੇ, ਕੁਛ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹ ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ।